अगे वधांगे लिविंग इंडिया न्यूज़ की खबर का असर होया। असी कुछ दिन पहला किडनिया दियां बीमारियां नाल जूझ रहे हरीश कंबोज की खबर नशर की थी, जिस विच दस्या सी कि हरीश नू माली मदद की जरूरत है ताकि उसका इलाज हो सके। इस खबर के चलन तो बाद हरीश की लगातार मदद हो रही है। हाल ही में हरीश नू 1 लाख रुपए की माली मदद मिली है। लिविंग इंडिया न्यूज़ की खास रिपोर्ट देखने तो बाद राजकुमार पिंड बामणीवाला के रहने वाले हरीश कंबोज की मदद करने लिए पहुंचे ने। उन्हां वल्लों 1 लाख रुपए की माली मदद दी गई है ताकि हरीश कंबोज अपनी किडनिया का इलाज करवा सकन। हरीश कंबोज दियां दोवें किडनिया खराब ने, महंगा इलाज है जिस लई उन्होंने दानी सज्जनां नूं अपील की सी। हरीश कंबोज के हालात को देख के लिविंग इंडिया न्यूज़ हरीश की आवाज़ बनिया ते अज उसकी मदद हुई है। हरीश कंबोज जी जिन्हां दी उम्र 40 साल है, 2 बेटियां 1 बेटा है, मापे भी बजुर्ग ने और जमीन नहीं, कोई आमदन का होर सोर्स नहीं, यो ही नौजवान मुंडा घर नूं चलाउण वाला और जो रोग ग्रस्त बंदा हो जाए तो फिर आमदन का सोर्स बंद हो जाता है। सो जिन्हां जिन्हां वीरां ने मदद की है मेरे को उन्हां दी लिस्ट भी है, मैं तरेजा जी नूं दे भी दांगा। और तरेजा जी तुसीं अगर इहनूं लिस्ट नूं पाओगे ਤਾਂ ਜ਼ਰੂਰ ਸਮਾਜ ਦੇ ਦਿਲ ਅਤੇ ਦਿਮਾਗ 'ਤੇ ਅਸਰ ਹੋਏਗਾ ਔਰ ਵੇਖਣਗੇ ਕਿ ਦੂਜੇ ਸਾਥੀਆਂ ਨੇ ਮਦਦ ਕੀਤੀ, ਅਸੀਂ ਵੀ ਪਿੱਛੇ ਨਾ ਰਹੀਏ। ਜਿੰਨੀ ਕਿਸੇ ਦੀ ਸਮਰੱਥਾ ਹੈ, 500 ਦੀ, 200 ਦੀ, 1000 ਦੀ, 10000 ਦੀ, 50000 ਦੀ, ਲੱਖਾਂ ਵਾਲੇ ਲੋਕ ਵੀ ਹੋਣਗੇ। ਔਰ ਮੈਂ ਸਾਰੇ ਵੀਰਾਂ ਨੂੰ ਅਪੀਲ ਕਰਦਾ ਤੁਹਾਡੇ ਪੈਰਾਂ ਦੀ ਮਿੱਟੀ ਤੋਂ ਨੀਵਾਂ ਹੋ ਕੇ ਲਿਵਿੰਗ ਇੰਡੀਆ ਦੇ ਰਾਹੀਂ ਅਰਵਿੰਦਰ ਤਨੇਜਾ ਜੀ ਦੇ ਰਾਹੀਂ ਅਪੀਲ ਕਰਦਾ ਕਿ ਤਗੜੇ ਹੋਵੋ, ਇਸ ਨੌਜਵਾਨ ਸਾਥੀ ਦੀ ਮਦਦ ਕਰੀਏ। ਮੈਂ ਦੋਵੇਂ ਹੱਥ ਜੋੜ ਕੇ ਤੁਹਾਨੂੰ ਅਪੀਲ ਕਰਦਾ, ਤੁਹਾਡੇ ਪੈਰਾਂ ਦੀ ਮਿੱਟੀ ਤੋਂ ਨੀਵਾਂ ਹੋ ਕੇ ਤਗੜੇ ਹੋ ਕੇ ਇਹਨਾਂ ਦੀ ਮਦਦ ਕਰੀਏ। ਸਾਰੇ ਹੀ ਸਮਾਜ ਸੇਵੀ ਸੰਗਠਨਾਂ ਨੂੰ, ਜਥੇਬੰਦੀਆਂ ਨੂੰ ਔਰ ਜਿਹੜੇ ਵੀ ਸਿਰਕੱਢ ਵਿਅਕਤੀ ਨੇ ਜਿਹੜੇ ਸਮਾਜ ਵਿੱਚ ਚੰਗੀ ਪਹੁੰਚ ਰੱਖਦੇ ਨੇ, ਪਕੜ ਰੱਖਦੇ ਨੇ, ਘਰੋਂ ਸਰਦੇ ਨੇ, ਔਰ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਆਪਾਂ ਤਗੜੇ ਹੋ ਕੇ ਇਸ ਨੌਜਵਾਨ ਦੀ ਮਦਦ ਕਰੀਏ, ਆਪਾਂ ਇਹਦਾ ਸਾਥੀ ਬਣੀਏ। ਹਰੀਸ਼ ਕੰਬੋਜ ਦਾ ਪਰਿਵਾਰ ਖੁਸ਼ ਹੈ ਕਿ ਹਰੀਸ਼ ਦੇ ਇਲਾਜ ਨੇ ਜਿੰਨੇ ਪੈਸੇ ਖਰਚ ਹੋਣੇ ਨੇ ਉਸ ਦੀ ਅੱਧੀ ਰਕਮ ਉਹਨਾਂ ਕੋਲ ਇਕੱਠੀ ਹੋ ਗਈ ਹੈ। ਕੁਝ ਪੈਸੇ ਘਟਦੇ ਨੇ, ਪਰਿਵਾਰ ਨੂੰ ਆਸ ਹੈ ਕਿ ਜਲਦ ਹੀ ਹੋਰ ਪੈਸੇ ਵੀ ਇਕੱਠੇ ਹੋ ਜਾਣਗੇ ਅਤੇ ਹਰੀਸ਼ ਕੰਬੋਜ ਦਾ ਜਲਦ ਇਲਾਜ ਸ਼ੁਰੂ ਹੋ ਜਾਵੇਗਾ। ਮੈਂ ਕਹਿੰਦੀ ਤੁਸੀਂ ਮਦਦ ਸ਼ਾਬਾਸ਼, ਤੁਹਾਡੀ ਆ ਵੱਡੀ ਵੱਡੀ ਉਮਰਾਂ ਕਰੇ, ਆਪਦੇ ਵੀਰ ਦੀ ਮਦਦ ਕੀਤੀ ਜੇ, ਮਾਲਕ ਤੁਹਾਨੂੰ ਕਰਨਾ ਦੇਵੇ ਅਤੇ ਆਪਦੇ ਬੱਚਿਆਂ ਦੇ ਸਿਰ 'ਤੇ ਰਵੇ, ਮੈਨੂੰ ਆਪਦੇ ਮੋਢਿਆਂ 'ਚ ਚੁੱਕ ਕੇ ਲੈ ਕੇ ਜਾਵੇ ਅਤੇ ਵੱਡੀ ਵੱਡੀ ਉਮਰਾਂ ਕਰੇ। ਧੰਨਵਾਦ ਤੁਹਾਡਾ ਪੁੱਤਰ, ਤੁਸੀਂ ਇੰਨੀ ਤੁਸੀਂ ਹਿੰਮਤ ਕੀਤੀ ਹੈ, ਤੁਹਾਡੇ ਨਾਲ ਭਰਾਵਾਂ ਨਾਲ ਭਰਾ ਜੋੜ ਸਕਦੇ ਅਤੇ ਸ਼ਾਬਾਸ਼ ਹੈ ਤੁਹਾਡਾ। ਮੈਂ ਸਾਰਿਆਂ ਦਾ ਧੰਨਵਾਦ ਕਰਨਾ, ਜਿੰਨੇ ਵੀ ਮੈਂ ਨਾਂ ਨਹੀਂ ਬੋਲ ਸਕਦਾ, ਮੈਨੂੰ ਨਾਂ ਦਾ ਨਹੀਂ ਪਤਾ, ਮੈਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ ਅੱਜ 1 ਲੱਖ ਰੁਪਈਆ ਇਹਨਾਂ ਨੇ ਹੈਲਪ ਕਰ ਚੱਲੇ ਨੇ। ਮੈਂ ਇਹਨਾਂ ਦਾ ਦੇਣਾ ਨਹੀਂ ਦੇ ਸਕਦਾ, ਮੈਂ ਪਰਮਾ ਟੋਟਲ ਸਾਰੀ 10 ਲੱਖ ਦੀ ਲੋੜ ਸੀ। ਹਾਂਜੀ 5 ਲੱਖ ਦਾ ਹੋ ਗਿਆ ਜੀ, ਹਾਂਜੀ ਲੱਖ ਆ ਗਿਆ, ਹਾਂਜੀ 6 ਲੱਖ ਟੋਟਲ ਹੀ ਹੋ ਗਿਆ, 4 ਲੱਖ ਰਹਿ ਗਿਆ ਜੀ। ਹਾਂਜੀ 4 ਲੱਖ ਦੀ ਲੋੜ ਹੈ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਵੀ ਜਿਸ ਤਰ੍ਹਾਂ ਪਾਲਾ ਬੱਟੀ ਜੀ ਜੋ ਸਾਰੀ ਟੀਮ ਆਈ ਹੈ, ਮੈਂ ਠੀਕ ਹੋ ਕੇ ਆਵਾਂ ਅਤੇ ਦੁਬਾਰਾ ਸੇਵਾ ਕਰ। ਫਿਲਹਾਲ ਹਰੀਸ਼ ਕੰਬੋਜ ਦੀ ਲਗਾਤਾਰ ਮਦਦ ਹੋ ਰਹੀ ਹੈ ਪਰ ਹਲੇ ਵੀ ਉਸਨੂੰ 4 ਲੱਖ ਰੁਪਏ ਦੀ ਜ਼ਰੂਰਤ ਹੈ। ਅਸੀਂ ਦਾਨੀ ਸੱਜਣਾਂ ਨੂੰ ਮਦਦ ਦੀ ਅਪੀਲ ਕਰਦੇ ਹਾਂ ਤਾਂ ਕਿ ਹਰੀਸ਼ ਦੁਬਾਰਾ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ। ਹਰੀਸ਼ ਕੰਬੋਜ ਦਾ ਸੰਪਰਕ ਨੰਬਰ ਹੈ 75-288-73-212, 75-288-73-212। इस नंबर से संपर्क करके तुसी हरीश कंबोज की मदद कर सकते हो। जलालाबाद तो अरविंदर पाल तनेजा की रिपोर्ट, लिविंग इंडिया न्यूज़।